ਮੈਨੂੰ ਹੈਰਾਨੀ ਹੁੰਦੀ ਹੈ, ਹਰ ਰੋਜ਼ ਇਹ ਖ਼ਬਰਾਂ ਆਉਂਦੀਆਂ ਨੇ। ਕੱਲ੍ਹ ਵੀ ਇੱਕ ਖ਼ਬਰ ਆਈ ਜਲੰਧਰ ਤੋਂ, ਕੁਲਵਿੰਦਰ ਸਿੰਘ ਪਿੰਦਾ, ਜਿਹਨੂੰ ਇਹ ਪਹਿਲਾਂ ਵੀ ਜ਼ਿਕਰ ਇਹਦਾ ਕਾਫ਼ੀ ਹੋਇਆ, ਜਦੋਂ ਨਾਭੇ ਦੇ ਵਿੱਚ ਇਹਨਾਂ ਨੇ ਜੇਲ ਬ੍ਰੇਕ ਕਾਂਡ, ਜਿਹਨੂੰ ਆਪਾਂ ਯਾਦ ਕਰਦੇ ਹਾਂ, ਬੜੇ ਹੌਸਲੇ ਵਾਲਾ ਕੰਮ ਸੀ, ਜਿਵੇਂ ਛੁਡਾ ਕੇ ਲੈ ਕੇ ਗਏ ਸੀ ਉਹਨਾਂ 'ਚ, ਉਹ 19 ਬੰਦੇ ਕੱਲ੍ਹ ਫੜੇ ਨੇ ਜੀ, ਕਹਿੰਦੇ ਅਸੀਂ ਹੁਣ ਅਲੱਗ ਅਲੱਗ ਥਾਂ ਤੋਂ ਫੜੇ, ਕਿਵੇਂ ਫੜੇ ਪੁਲਿਸ ਆਪਦਾ ਤਰੀਕਾ ਵੀ ਦੱਸ ਦਿੰਦੇ, ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੀ ਪੁੱਛਗਿੱਛ ਕਰ ਰਹੇ ਸੀ ਫੜੇ ਬੰਦਿਆਂ ਤੋਂ, ਉਹਨਾਂ ਤੋਂ ਜ਼ਿਆਦਾ ਕਲੂਰ ਮਿਲਿਆ। 13 ਸ਼ੂਟਰ ਨੇ ਜਿਹੜੇ ਫੜੇ ਗਏ ਨੇ, ਉਹਨਾਂ ਤੋਂ ਪੁਲਿਸ ਨੇ ਦਿਖਾਇਆ ਜਾਂ ਦਾਅਵਾ ਕੀਤਾ ਕਿ 32 ਬੋਰ ਦੀਆਂ 6 ਪਿਸਤੌਲਾਂ, 315 ਬੋਰ ਦੀਆਂ 3 ਪਿਸਤੌਲਾਂ, ਇੱਕ ਜਿਹੜੀ ਬੰਦੂਕ, 11 ਹੋਰ ਹਥਿਆਰ ਇਹ ਕਹਿੰਦਾ ਫੜੇ ਨੇ। 2 ਗੱਡੀਆਂ ਫੜੀਆਂ ਨੇ, ਇੱਕ ਇਨੋਵਾ ਤੇ ਇੱਕ ਮਹਿੰਦਰਾ XUV। 8 ਲੱਖ ਦੀ ਵਿਦੇਸ਼ੀ ਕਰੰਸੀ ਫੜੀ ਆ। ਅੱਜ ਕੱਲ੍ਹ ਤਾਂ ਇਹ ਵੀ ਜ਼ਰੂਰੀ ਹੈ, ਆਪਾਂ ਦੇਖ ਹੀ ਲਿਆ ਕਿਵੇਂ ਫਰਜ਼ੀ ਪਾਸਪੋਰਟ ਬਣਦੇ ਨੇ, ਤੇ ਕਿਵੇਂ ਲਾਰੈਂਸ ਬਿਸ਼ਨੋਈ ਦੇ ਆਪਦੇ ਭਾਣਜੇ ਤੇ ਆਪਦੇ ਭਰਾ ਨੂੰ ਬਾਹਰ ਭੇਜਤਾ। ਇਹ ਸਾਰੀਆਂ ਗੱਲਾਂ ਤੋਂ ਇਹ ਗੱਲ ਹੁੰਦਾ ਵੀ ਕਿੰਨਾ ਆਰਗੇਨਾਈਜ਼ ਹੋ ਗਿਆ ਸਾਰਾ ਸਿਸਟਮ। ਇਹ ਕੱਲ ਗੱਲ ਕੀਤੀ ਵੀ ਹੈ, ਕੱਲ ਜਿਹੜਾ ਪ੍ਰਮੋਦ ਮਾਨ ਨੇ ਨਾ, ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਨੇ, ਉਹਨਾਂ ਨੇ ਕਿਹਾ ਵੀ ਹੈ, ਹੁਣ ਤੁਸੀਂ ਉਹਨਾਂ ਨੇ ਇਹ ਗੱਲ ਕਹਿੰਦਾ ਵੀ ਜਿਹੜਾ ਮੂਸੇਵਾਲਾ ਦਾ ਕਤਲ ਹੋਇਆ, ਇਹ ਜੇਲ੍ਹ ਚੋਂ ਲਾਰੈਂਸ ਬਿਸ਼ਨੋਈ ਨੇ ਜਿਹੜੀ ਇਹ ਯੋਜਨਾ ਬਣਾਈ, ਤੇ ਯੋਜਨਾ ਕਿਵੇਂ ਬਣਾਈ ਆਪ ਹੀ ਦੱਸਿਆ ਉਹਨਾਂ ਨੇ ਕਿ ਉਹਦੇ ਕੋਲ ਫੋਨ ਸੀ, ਛੋਟਾ ਫੋਨ ਰੱਖਿਆ ਸੀ ਚਾਈਨੀਜ਼ ਉਹਨੇ, ਤੇ ਫੋਨ ਤਾਂ ਹਰ ਰੋਜ਼ ਹੀ ਮਿਲਦੇ ਨੇ। ਕਦੇ ਇਹ ਸਵਾਲ ਉੱਠਦਾ ਹੈ ਵੀ ਇੰਨੇ ਫੋਨ ਮਿਲ ਰਹੇ ਨੇ, ਕਿੱਥੋਂ ਮਿਲ ਰਹੇ ਨੇ ਫੋਨ, ਕਿਵੇਂ ਆਉਂਦੇ ਨੇ, ਇਹ ਕਿੰਨੇ ਕੁ ਬੰਦੇ ਫੋਨ ਦੇ ਚੱਕਰ 'ਚ ਜੇਲ੍ਹ ਸਟਾਫ ਨੂੰ ਕੱਢਿਆ ਗਿਆ। ਇਹ ਬਹੁਤ ਸਾਰੀਆਂ ਗੱਲਾਂ ਹਾਲੇ ਸਵਾਲ ਬਣਦੀਆਂ ਨੇ। ਖੈਰ, ਇੱਕ ਹੋਰ ਬੰਦਾ ਫੜਿਆ, ਪਟਿਆਲੇ ਦਾ, ਭਾਦਸੋਂ ਦਾ, ਜਸਕਰਨ ਸਿੰਘ ਕਰਨ ਕਹਿੰਦੇ ਨੇ, ਇਹ ਕਬੱਡੀ ਵੀ ਖੇਡਦਾ ਸੀ। ਇਹ ਕਹਿੰਦੇ ਜੀ ਇਹ ਬੰਦਾ ਹੈਗਾ ਗੋਲਡੀ ਬਰਾੜ ਦਾ, ਗੋਲਡੀ ਬਰਾੜ ਜਿਹੜੇ ਹਥਿਆਰ ਪਹੁੰਚਾਉਂਦਾ ਸੀ ਇਹਦੇ ਰਾਹੀਂ ਪਹੁੰਚਾਉਂਦਾ ਸੀ। ਕਿੰਨਾ ਫੈਲਿਆ ਹੋਇਆ ਹੈ ਇਹ ਨੈਟਵਰਕ, ਇਹ ਦੇਖਣ ਵਾਲੀ ਗੱਲ ਹੈ। ਤੇ ਇੱਕ ਗੱਲ ਹੋਰ ਵੀ ਦੇਖ ਲਈਏ ਕਿ ਸਿੱਧੂ ਮੂਸੇਵਾਲਾ ਵੀ ਕਿੰਨਾ ਪਾਪੂਲਰ ਹੈ। ਮੈਂ ਦੇਖ ਰਿਹਾ ਸੀ ਵੀ 27 ਘੰਟਿਆਂ ਦੀ ਰਿਪੋਰਟ ਇੱਕ ਅਖਬਾਰ ਛਪੀ ਕਿ 2 ਕਰੋੜ, ਇਹ ਤਾਂ ਫਿਰ ਇਹਦਾ ਮਤਲਬ ਕੱਲ੍ਹ ਜਦੋਂ ਅਖਬਾਰ ਛਪਿਆ ਉਦੋਂ ਪਹਿਲਾਂ ਦੀ ਰਿਪੋਰਟ ਹੈ, ਹੁਣ ਤਾਂ ਕਿਤੇ ਵੀ ਕਹਾਣੀ ਪਹੁੰਚ ਗਈ। ਇੰਨੇ ਲੋਕਾਂ ਨੇ ਉਹਦਾ SYL ਗਾਣਾ ਸੁਣਿਆ ਜਾਂ ਦੇਖਿਆ। ਹੁਣ ਗੱਲ ਇਹ ਹੈ ਕਿ ਜਿਹੜਾ ਇਹ ਗੀਤ ਆਇਆ ਇਹਦਾ ਨਵਾਂ, ਇਹਨੇ ਸਿਆਸਤ ਦੇ ਵਿੱਚ ਵੀ ਦੁਬਾਰਾ ਚਰਚਾ ਛੇੜਤੀ ਹੈ ਪਾਣੀਆਂ ਦੀ, ਪੰਜਾਬ ਤੇ ਹਰਿਆਣਾ ਦੀ। ਹਾਲਾਂਕਿ ਕਈ ਜਿਹੜੇ ਖਿਡਾਰੀ ਜਿਵੇਂ ਹੁਣ ਵਿਜੇਂਦਰ ਆਇਆ ਕਿ ਜੀ ਨਹੀਂ, ਇਹਦੇ ਨਾਲ ਹਰਿਆਣਾ ਤੇ ਪੰਜਾਬ ਆਹਮੋ ਸਾਹਮਣੇ ਨਾ ਹੋਣ ਜਾਂ ਹੋਣਾ ਨਹੀਂ ਚਾਹੀਦਾ, ਤੇ ਹਰਜੀਤ ਗਰੇਵਾਲ ਜਿਵੇਂ ਕਹਿੰਦੇ ਚਲੋ ਇਹ ਤਾਂ ਇੱਕ ਗੀਤ ਆ। ਪਰ ਮੈਂ ਕੱਲ੍ਹ ਦੇਖ ਰਿਹਾ ਸੀ ਵਿਧਾਨ ਸਭਾ 'ਚ ਵੀ ਗੱਲ ਚੱਲੀ, ਕਾਂਗਰਸ ਤਾਂ ਉੱਚੀ ਸੁਰ ਦੇ ਵਿੱਚ ਕਹਿ ਰਹੀ ਹੈ, ਅਕਾਲੀ ਦੇ ਹੱਕ 'ਚ ਨੇ ਕਿ ਜੀ ਇਹ ਤਾਂ ਸਾਡੇ ਜਜ਼ਬਾਤਾਂ ਨੂੰ ਜਵਾਬ ਦਿੱਤੀ ਆ, ਅਸੀਂ ਪੰਜਾਬ ਦਾ ਪਾਣੀ ਨਹੀਂ ਦੇਣਾ, ਜਿਵੇਂ ਕਹਿੰਦਾ ਤੁਮਕਾ ਨਹੀਂ ਦੇਣਾ ਅਸੀਂ ਤਾਂ। ਤੇ ਜਦੋਂ ਇਸ ਤਰ੍ਹਾਂ ਦੀ ਗੱਲ ਪੁੱਛੀ ਜਾਂਦੀ ਆ ਆਮ ਆਦਮੀ ਪਾਰਟੀ ਨੂੰ, ਉਹ ਜ਼ਰੂਰ ਟਾਲਾ ਪੱਟਦੇ ਨੇ, ਉਹ ਨਹੀਂ ਬੋਲਦੇ। ਇਹ ਵੀ ਆਪਣੇ ਆਪ 'ਚ ਇੱਕ ਅਹਿਮ ਹੈ ਕਿ ਆਮ ਆਦਮੀ ਪਾਰਟੀ ਪਾਣੀ ਦੇ ਮਾਮਲੇ 'ਚ ਸਟੈਂਡ ਕੀ ਰੱਖਦੀ ਹੈ, ਕਿਉਂਕਿ ਆਪਾਂ ਬਹੁਤ ਵਾਰ ਗੱਲ ਇਹੀ ਕਰਦੇ ਸੀ ਨਾ ਕਿ ਕੇਜਰੀਵਾਲ ਸਾਹਿਬ ਹਰਿਆਣਾ 'ਚ ਜਾ ਕੇ ਕਿਵੇਂ ਕਹਿਣਗੇ ਪੰਜਾਬ ਦਾ ਪਾਣੀ ਪੰਜਾਬ 'ਚ ਰਹਿਣ ਦੀ ਹੈ।